ਜਿਹਦੇ ਚ ਸੰਗਤਾਂ ਨੂੰ ਬਹੁਤ ਵੱਡੀ ਆਸਥਾ ਹੈ, ਮੇਰੀ ਵੀ ਉਹਦੇ ਵਿੱਚ ਬਹੁਤ ਵੱਡੀ ਆਸਥਾ ਹੈ। ਮੈਂ ਪਿੰਡ ਵੱਲੋਂ ਆਇਆ ਸੀ, ਮੇਰੇ 3-4 ਦਿਨਾਂ ਦਾ ਪਿੰਡ ਸੀਗਾ। ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਮੱਥਾ ਟੇਕ ਕੇ ਔਰ ਸਿੰਘ ਸਾਹਿਬ ਤੋਂ ਅਰਦਾਸ ਕੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ, ਜਿਹੜੇ ਕੁਛ ਦਿਨਾਂ ਤੋਂ ਸਿਹਤ ਦੇ ਉਹਨਾਂ ਦੀ ਨਾ ਸਾਜ ਸੀ, ਹੁਣ ਠੀਕ ਵੀ ਹੈ। ਵਾਹਿਗੁਰੂ ਅਕਾਲ ਪੁਰਖ ਅੱਗੇ ਇਹੋ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮਿਹਰ ਕਰੇ, ਤੰਦਰੁਸਤੀਆਂ ਬਖਸ਼ੇ, ਉਹ ਪੰਜਾਬ ਦੇ ਲੋਕਾਂ ਦੀ ਸੇਵਾ ਪੂਰੀ ਤੰਦਰੁਸਤੀ ਨਾਲ ਕਰ ਸਕਣ, ਇਮਾਨਦਾਰੀ ਨਾਲ ਲੱਗੇ ਹੋਏ ਹੈ। ਇਹੋ ਜਿਹੇ ਇਨਸਾਨ ਦੀ ਸਾਰੇ ਹੀ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ। ਸੋ ਅਸੀਂ ਜੇ ਕੋਈ ਬਿਪਤਾ ਪਵੇ, ਕੋਈ ਔਖ ਦੀ ਘੜੀ ਹੋਵੇ, ਤਾਂ ਸਾਡੇ ਕੋਲ ਇੱਕੋ ਹੀ ਆਸਰਾ ਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਗੁਰਦੁਆਰਾ ਸਾਹਿਬ ਦਾ। ਉੱਥੇ ਆ ਕੇ ਆਪਣੀ ਅਰਦਾਸ ਬੇਨਤੀ ਕਰ ਸਕਦੇ ਹਾਂ। ਉਹਦੇ ਲਈ ਮੈਂ ਵੀ, ਮੇਰਾ ਫਰਜ਼ ਹੈ, ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੇ, ਸਾਡੇ ਲੀਡਰ ਹੈ, ਸਾਡੇ ਛੋਟੇ ਭਰਾ ਹੈ, ਉਹਨਾਂ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ, ਤੰਦਰੁਸਤੀ ਬਖਸ਼ੇ, ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸ਼ੇ। ਸਰ, ਜਿਹੜੀ ਉਹਨਾਂ ਦੀ ਹੈਲਥ ਬਾਰੇ ਹੈ, ਅਪਡੇਟ ਇੰਨੀ ਨਹੀਂ ਹੋ ਰਹੀ ਜਿੰਨੀ ਚਾਹੀਦੀ ਹੈਗੀ, ਜਿੰਨਾ ਲੋਕ ਚਾਹੁੰਦੇ ਨੇ ਵੀ ਐਕਚੁਅਲੀ ਹੋਇਆ ਕੀ ਹੈ। ਅਸਲ ਵਿੱਚ ਸਾਰਾ 2 ਦਿਨ ਪਹਿਲਾਂ ਹਸਪਤਾਲ ਵਾਲਿਆਂ ਨੇ ਵੀ, ਪਰਿਵਾਰ ਨੇ ਵੀ ਦੱਸ ਦਿੱਤਾ, ਕਿਉਂਕਿ ਉਹਨਾਂ ਨੇ ਕਿਹਾ ਵੀ ਸਭ ਕੁਛ ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਤੇ ਕਈ ਵਾਰੀ ਡਾਕਟਰ ਸਾਹਿਬਾਨ ਹੀ ਕਹਿੰਦੇ ਵੀ 2-4 ਦਿਨ ਬਹੁਤਾ ਕਿਸੇ ਨਾਲ ਬੋਲਿਆ ਚੱਲਿਆ ਨਾ, ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈਗੀ ਹੈ, ਇਲੈਕਸ਼ਨਾਂ ਸਿਰ ਤੇ ਨੇ, ਇਹ ਕਰਕੇ ਜਿਹੜਾ ਹੈਗਾ ਪਾਰਟੀ ਵਰਕਰ ਵੀ ਉਹਨਾਂ ਦੇ ਵਿੱਚ ਵੀ ਮਿਊਸੀ ਹੈਗੀ ਆ ਵੀ ਜਿਹੜਾ ਲੀਡਰ ਹੈ ਉਹਦਾ ਬਿਮਾਰ ਹੈ। ਉਹ ਵੇਖੋ ਜੀ, ਜਿਹੜੀ ਇਹ ਪਰਮਾਤਮਾ ਦੇ ਹੱਥ ਹੈ ਕਿਸੇ ਦੀ ਵੀ ਸਿਹਤ। ਮੈਂ ਇੱਥੇ ਚੰਗਾ ਭਲਾ ਖੜਿਆ, ਕੁਛ ਵੀ ਹੋ ਸਕਦਾ, ਤੇ ਪਰਮਾਤਮਾ ਲੰਮਾ ਸਮਾਂ ਵੀ ਬਖਸ਼ ਸਕਦਾ, ਇਹ ਉਹਦੇ ਹੱਥ ਹੋਇਆ ਕਰਦੀ ਹੈ। ਔਰ ਸਿਹਤ ਪਹਿਲਾਂ ਜ਼ਰੂਰੀ ਵੀ ਆ, ਠੀਕ ਹੋਵੇ ਉਹ ਤੋਂ ਬਾਅਦ ਲੋਕਾਂ ਨਾਲ ਸਾਰਾ ਦਿਨ ਵਿਚਾਰ ਵਟਾਂਦਰਾ ਹੀ ਕਰਨਾ। ਪੰਜਾਬ ਦਾ ਫਿਕਰ ਉਸ ਇਨਸਾਨ ਨੂੰ ਬਹੁਤ ਸੀ ਤੇ ਹੈ। ਇੱਕ ਸਰ, ਸਦਵਾ ਸਾਹਿਬ ਦੀ ਜਿਹੜੀ ਹੈਗੀ ਆ ਸੁਰੱਖਿਆ ਵਧਾਈ ਗਈ ਆ, ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਵੀ ਕਿਤੇ ਕਾਰਜਕਾਰੀ ਸੀਐਮ ਜਾਂ ਸੀਐਮ ਦਾ ਕਦੇ ਉਹਦਾ ਪਤਾ ਨਹੀਂ। ਸੰਦਮਾ ਸਾਹਿਬ ਨੇ ਆਪ ਹੀ ਉਸ ਗੱਲ ਦਾ ਖੰਡਨ ਕਰਤਾ ਵੀ ਕੋਈ ਇਹੋ ਜਿਹੀ ਗੱਲ ਨਹੀਂ। ਇਹ ਨਾ ਵੈਸੇ ਪਤਾ ਨਹੀਂ ਕਿਉਂ ਇਸ ਗੱਲ ਦੀਆਂ ਅਫਵਾਹਾਂ ਉਡਾਈਆਂ ਜਾਂਦੀਆਂ ਰਹਿੰਦੀਆਂ। ਜੇ ਮੁੱਖ ਮੰਤਰੀ ਸਾਹਿਬ 1-2-4 ਦਿਨ ਲਈ ਕੋਈ ਬਿਮਾਰੀ ਢੱਲੇ ਮੱਠੇ ਹੋ ਗਏ, ਤੇ ਆਮ ਹੋਇਆ ਕਰਦੇ, ਹਰ ਇੱਕ ਇਨਸਾਨ ਨੂੰ ਕਦੇ ਨਾ ਕਦੇ ਇਹੋ ਜਿਹੀ ਗੱਲ ਹੋ ਜਾਂਦੀ ਹੈ। ਕੋਈ ਐਂ ਥੋੜਾ ਵੀ ਮੁੱਖ ਮੰਤਰੀ ਨੇ ਤੇ ਜੇ 2 ਦਿਨ ਬਿਮਾਰ ਹੋ ਗਏ ਤਾਂ ਉਹਨਾਂ ਨੂੰ ਮੁੱਖ ਮੰਤਰੀ ਤੋਂ ਪਾਸੇ ਨਹੀਂ, ਮੁੱਖ ਮੰਤਰੀ ਹੈ ਪੰਜਾਬ ਦੇ ਮੁੱਖ ਮੰਤਰੀ।